ਫਿਰ ਵਾਸਕੋ ਲਿਆਉਂਦੀ ਨਾ ਸਰ ਤੁਸੀਂ ਲਾਉਣ ਦੇ ਜੇ ਵਾਸਕੋ ਲੈ ਗਿਆ ਫਿਰ ਉਹਦੇ ਖੜੀਆਂ ਸੀ ਫਿਰ ਵਾਸਕੋ ਲੈ ਗਿਆ ਵੇਖੋ ਲਾਉਣ ਦਿਆ ਆਹ ਜੈ ਸਾਹਿਬ ਬੈਟਰੀਆਂ ਖੜੀਆਂ ਸੀ ਆਹ ਲਾਉਂਦਾ ਅੱਗੋਂ ਦਾ ਮੈਂ ਲਾਉਣੀਆਂ ਜਾਂ ਜੋ ਮਰਜ਼ੀ ਕਰ ਲਓ ਆਹ ਵੇਖੋ ਰੱਖਣ ਲਿਆ ਅੰਦਰ ਆਹ ਵੇਖੋ ਇਹ ਉੱਧਰ ਖੜੀਆਂ ਸੀ ਵੇਚਣ ਵਾਸਤੇ ਰਿਪੋਰਟ ਹੋ ਗਈ ਵਜਨ ਵਾਸਤੇ ਵਜਨ ਇੱਥੇ ਨਹੀਂ ਵਜਨ ਹੋ ਸਕਦਾ ਸੀ ਵਜਨ ਵਾਸਤੇ ਖੜੀਆਂ ਤੂੰ ਆਹੋ ਆਹ ਵੇਖੋ ਸਰਿਆ ਮੈਂ ਧੱਕਾ ਕਰਨ ਦਿਆ ਵਾ ਅੱਗੋਂ ਪੁੱਠਾ ਸਿੱਧਾ ਬੋਲਦਾ ਸੀ ਹਾਂ ਆਹ ਵੇਖੋ ਗੱਡੀ 'ਚ ਉਹਨੇ ਲਾਈਆਂ ਅੱਗੋਂ ਦਾ ਜਾ ਖੜੀਆਂ ਜੋ ਮਰਜ਼ੀ ਕਰ ਲਓ ਆਹੋ ਵਜਨ ਕਰਨ ਨੂੰ ਖੜੀਆਂ ਵਜਨ ਇੱਥੇ ਵੀ ਹੋ ਸਕਦਾ ਲੈ ਕੇ ਸਭ ਕੁਝ ਹੋ ਸਕਦਾ ਸੀ ਆਹੋ ਪੁੱਛ ਲਿਆ ਕਹਿ ਲਓ ਤੂੰ ਤੁਸੀਂ ਦੱਸ ਕੇ ਖੜੋ ਨਾ ਫਿਰ ਸਾਨੂੰ ਨਹੀਂ ਸਾਨੂੰ ਦੱਸ ਕੇ ਖੜੀਆਂ ਤੁਸੀਂ ਤੂੰ ਦੱਸ ਕੇ ਖੜੀਆਂ ਦੂਜੀ ਕਿੱਥੇ ਰੱਖੀ ਆ ਆਹੋ ਦੂਜੀ ਬੈਟਰੀ ਕਿੱਥੇ ਰੱਖੀ ਆ ਦੂਜੀ ਬੈਟਰੀ ਕਿੱਥੇ ਰੱਖੀ ਆ ਦੂਜੀ ਬੈਟਰੀ ਕਿੱਥੇ ਰੱਖੀ ਆ ਦੂਜੀ ਬੈਟਰੀ ਕਿੱਥੇ ਰੱਖਤੀ ਆ ਆ ਪਈ ਆ ਆਹੋ ਵਜਨ ਕੋਈ ਨਹੀਂ ਸਰ ਉਹ ਆਪੇ ਕੋਈ ਨਹੀਂ ਦੱਸ ਦੇਣਗੇ ਵਜਨ ਕਰਦੇ ਖੜੀਆਂ ਕਦੇ ਉਹਦੇ ਖੜੀਆਂ ਆਹ ਵੇਖੋ ਬਲਿੰਦਰ ਸਿੰਘ ਨੇ ਬਣਾਈ ਨਾਲ ਮੈਂ ਵੀ ਸਖਰਾਂ ਮੈਂ ਵੀ ਆਇਆ ਤੱਕ ਕੀ ਗੱਲਬਾਤ ਹੋਈ ਸੀ ਉਹ ਸਾਰੀ ਵੇਖੋ ਜੀ ਪਹਿਲਾਂ ਬੈਟਰੀਆਂ ਡਿਸਪਲੇ ਕੀਤੀਆਂ ਗਈਆਂ ਪ੍ਰੋਟੈਕਸ਼ਨ ਪਾਰਟੀ ਆਈ ਅੰਮ੍ਰਿਤਸਰ ਤੋਂ ਉਹ ਦੋ ਬੈਟਰੀ ਲਾ ਕੇ ਅੰਦਰ ਰੱਖਤੀਆਂ ਅੰਦਰ ਰੱਖਤੀਆਂ ਹੋਰ 26 ਡਿਊਟੀ ਮੇਰੀ ਸੀ 29 ਡਿਊਟੀ ਮੇਰੀ ਵੇਖੋ ਮੈਨੂੰ ਇਹਨਾਂ ਜ਼ਰਾ ਅੰਦਰ ਵਾਲੇ ਬੰਦੇ ਜਿਹੜੇ ਇਹਨਾਂ ਦੇ ਇਹਨਾਂ ਖੁਦ ਬੰਦੇ ਮੈਨੂੰ ਕਿਹਾ ਵੀ ਦੁਬਾਰਾ ਕਹਿੰਦੇ ਵੇਖੀਆਂ ਕਿ ਬੈਟਰੀਆਂ ਨਹੀਂ ਅਤੇ ਦੁਬਾਰਾ ਚੱਕ ਕੀਤੇ ਜਾ ਕੇ ਬੈਟਰੀ ਵੇਖੋ ਨਹੀਂ ਹੈਗੇ ਜੇ ਅਸੀਂ ਪੁੱਛਿਆ ਗਾਂਹ ਨਹੀਂ ਗਾਂਹ ਫਿਰ ਅਸੀਂ ਇਨਕੁਆਇਰੀ ਕੀਤੀ ਵੀ ਬੈਟਰੀ ਗਈਆਂ ਨਹੀਂ ਕਿਤੇ ਇਹ ਮੰਨਿਆ ਨਹੀਂ ਮੁੜ ਕੇ ਆਉਂਦਾ ਵੀ ਜੋ ਰਿਪੋਰਟ ਆਈ ਰਿਪੋਰਟ ਲਿਖ ਦਿੱਤੀ ਆ ਫਿਰ ਇਹ ਲੈ ਕੇ ਗੜੀ ਲੱਦ ਕੇ ਲੈ ਆ ਗੜੀ ਲੈ ਕੇ ਲਾਉਣ ਲੱਗਾ ਫਿਰ ਇਹ ਦੂਜੇ ਬੰਦੇ ਅੰਦਰ ਕਹਿੰਦਾ ਵੀ ਮੈਂ ਤੁਸੀਂ ਪਾਸੇ ਲੈਣਾ ਫੌਜੀਆਂ ਨੂੰ ਮੈਂ ਤਾਂ ਤੂੰ ਇਹ ਦੱਸੋ ਆਪੇ ਮੈਂ ਅੰਦਰ ਕੱਢ ਦਿਓ ਮੇਰੀ ਬੈਟਰੀ ਕੱਢ ਦਿਓ ਚੋਂ ਹੈ ਜੇ ਅੰਦਰ ਰੱਖ ਦਿੰਦਾ ਸਾਨੂੰ ਕੀ ਸਬੂਤ ਦੇਦਾ ਮੁੜ ਕੇ ਫਿਰ ਮੈਂ ਕਿਹਾ ਸਰ ਦੁਬਾਰਾ ਮੈਂ ਵੀ ਆਇਆ ਬਲਿੰਦਰ ਸਿੰਘ ਡਿਊਟੀ ਕਰਦੇ ਮੈਂ ਘਰੋਂ ਆਇਆ ਅਤੇ ਮੈਨੂੰ ਕਿਹਾ ਬੈਟਰੀ ਨਾ ਖੋਲੋ ਸਾਹਿਬ ਨੇ ਕਿਹਾ ਵੀ ਬਾਅਦ 'ਚ ਖੋਲੋ ਗੱਡੀ ਅਤੇ ਇਹਨੇ ਧੱਕੇ ਨਾਲ ਗੱਡੀ ਖੋਲ ਕੇ ਧੱਕੇ ਨਾਲ ਰੱਖੀ ਅੰਦਰ ਅਤੇ ਫਿਰ ਕਹਿੰਦਾ ਜੋ ਕਰਨਾ ਕਰ ਲਓ ਤੁਸੀਂ ਮੇਰਾ ਕਰਨਾ ਜੋ ਕਰਨਾ ਕਰ ਲਓ ਕਹਿੰਦਾ ਮੇਰਾ ਮੈਨ ਚਾਰਜ ਇੱਥੋਂ ਤਾਂ ਕੀ ਕਰ ਸਕਦੇ ਮੇਰਾ ਤੁਸੀਂ ਅੱਛਾ ਠੀਕ ਹੈ ਜੀ ਮੁੜ ਕੇ ਮੈਂ ਇਹ ਲਾ ਕੇ ਅੰਦਰ ਰੱਖ ਲਿਆ ਅਤੇ ਅੰਦਰ ਵੀਡੀਓ ਬਣਾਉਂਦਾ ਬੰਦੇ ਅੰਦਰ ਗੰਦੇ ਵੇਖੇ ਅੰਦਰ ਪਈਆਂ ਮੁੜ ਕੇ ਇਹਨੇ ਮੁੜ ਕਹਿੰਦਾ ਜੀ ਬਾਅਦ 'ਚ ਆਉਂਦਾ ਵੀਡੀਓ ਨੇ ਕਦੋਂ ਬਣਾਈ ਮੇਰੀ ਵੀਡੀਓ ਨਾ ਬਣਾਓ ਜੀ ਬਸ ਇੰਨੀ ਗੱਲ ਹੈ ਵੀ ਸਾਹ ਨੂੰ ਪੁੱਛ ਲਿਆ ਸਾਡੇ ਫਰਜ਼ ਨੂੰ ਇੰਚਾਰਜ ਨੂੰ ਪੁੱਛਿਆ ਸਾਹਮਣੇ ਸੁਪਰਵਾਈਜ਼ਰ ਨੂੰ ਵੀ ਉਹਨੂੰ ਵੀ ਵੀਡੀਓ ਭੇਜਤੀ ਅਸੀਂ ਇਹ ਕਿਹੜੀ ਚੀਜ਼ ਤੇ ਉਹਨੇ ਬੈਟਰੀਆਂ ਖੜੀਆਂ ਹੋਣਗੀਆਂ ਗੱਡੀਆਂ ਆਪਣੀ ਗੱਡੀ ਤੇ ਲੈ ਕੇ ਪਰਸੋਂ ਗੱਡੀ ਤੇ ਖੜੀਆਂ ਪਰਸੋਂ ਗੱਡੀ ਲੈ ਕੇ ਆਇਆ ਉੱਥੇ ਤੇ ਜਿਹੜੀ ਗੱਡੀ ਉਹ ਅੰਦਰ ਲਿਆਉਂਦਾ ਉਹ ਗੱਡੀ ਪਰਲਾ ਗੇਟ ਖੁੱਲਦਾ ਮੈਂ ਗੇਟ ਨੂੰ ਬੰਦ ਕਰਾਤਾ ਅਸੀਂ ਵੇਖ ਰਹੇ ਅੰਦਰ ਖੜਦਾ ਗੱਡੀ ਉਹ ਇਹ ਮੇਰੇ ਤਰੇਲ ਪੈਂਦੀ ਉਹ ਛੱਡ ਨਾ ਛੱਡ ਥੋੜੇ ਡੱਕਣ ਵਾਸਤੇ ਜੇ ਬੈਟਰੀਆਂ ਜਾ ਸਕਦੀਆਂ ਤੇ ਤੁਹਾਡੇ ਹਿਸਾਬ ਨਾਲ ਹੋਰ ਵੀ ਸਮਾਨ ਜਾ ਦੇਖੋ ਇਹ ਇੰਚਾਰਜ ਕਰਕੇ ਤਾਂ ਅਸੀਂ ਚੈੱਕ ਨਹੀਂ ਕਰਦੇ ਹੁਣ ਫਿਰ ਚਲੋ ਵਿਸ਼ਵਾਸ ਹੁੰਦਾ ਉਹਦਾ ਜਈ ਆ ਹੈ ਕਿ ਨਹੀਂ ਜਈ ਇੰਚਾਰਜ ਉਹਦੇ ਕੋਲ ਆ ਤਾਂ ਅਸੀਂ ਕਿਸੇ ਕੋਈ ਲੈਣਾ ਸਾਨੂੰ ਜਦੋਂ ਨਹੀਂ ਫਿਰ ਵੇਖਿਆ ਵੀ ਗਲਤ ਕੀਤਾ ਗਲਤ ਅਸੀਂ ਰਿਪੋਰਟ ਦਿੱਤੀ ਹੈ ਗਲਤ ਹੋਇਆ ਹੁਣ ਕੀ ਮੰਗ ਕਰਦੇ ਜੀ ਮੰਗ ਵੇਖੋ ਜੋ ਬਈ ਵੀਡੀਓ ਵਰਗ ਅਫਸਰ ਨੇ ਰਿਪੋਰਟ ਦਿੱਤੀ ਆ ਜੋ ਕਰਦੇ ਠੀਕ ਉਹਨਾਂ ਨੂੰ ਠੀਕ ਹੈ ਜੀ ਵੀ ਜੀ ਕੀ ਨਾਮ ਹੈ ਤੁਹਾਡਾ ਬਲਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਟਾਂਡਪੁਰਾ ਜੀ ਕੀ ਕੰਮ ਕਰਦੇ ਜੇ ਇੱਥੇ ਪਿਕਣ ਬਿਜਲੀ ਕਰਦੇ ਵਿੱਚ ਇਹ ਸਕਿਉਰਟੀ ਗਾਰਡ ਡਿਊਟੀ ਕਰਦੇ ਜੀ ਅੱਛਾ ਇੱਕ ਵੀਡੀਓ ਵਾਇਰਲ ਹੋਣ ਰਹੀ ਹੈ ਜਿਹਦੇ ਵਿੱਚ ਬੋਲਿਆ ਜਾ ਰਿਹਾ ਕਿ ਜਈ ਵੱਲੋਂ ਬੈਟਰੀਆਂ ਚੋਰੀ ਕੀਤੀਆਂ ਗਈਆਂ ਉਹ ਤੁਸੀਂ ਬਣਾਈ ਹੈ ਜੀ ਹਾਂਜੀ ਹਾਂਜੀ ਮੈਂ ਬਣਾਈ ਸੀ ਕੀ ਗੱਲ ਹੋਈ ਸੀ ਉਹ ਸਰ ਇਹ ਆ ਇੱਕ ਪਹਿਲੋਂ ਕੜੀਆਂ ਬੈਟਰੀਆਂ
ਚੋਰੀ ਤੇ ਵੀ ਲੈ ਗਿਆ ਸੀ ਤਾਂ ਅਸੀਂ ਮੁੜਕੇ ਦਿਖਾ ਦਿੱਤੀ ਸੀ ਤੇ ਮੁੜਕੇ ਵਾਪਸ ਲੈ ਗਿਆ ਮੇਰੀ ਡਿਊਟੀ 'ਚ ਆਇਆ ਤੇ ਮੈਂ ਜਦੋਂ ਵੇਖਿਆ ਵੀ ਲਾਉਣ ਲੱਗਾ ਤੇ ਮੈਂ ਵੀਡੀਓ ਬਣਾ ਲਈ ਆ ਤੇ ਅੱਗੋਂ ਪੁੱਠਾ ਸਿੱਧਾ ਬੋਲਦਾ ਸੀ ਕੌਣ ਹੈ ਜੀ ਜੈ ਸਰਬਜੀਤ ਸਿੰਘ ਚੋਰੀ ਕਰਕੇ ਲੈ ਗਿਆ ਸੀ ਕਿ ਖੜੀਆਂ ਸੀ ਨਹੀਂ ਲੈ ਗਿਆ ਸੀ ਦੁਬਾਰਾ ਲਿਆਇਆ ਸੀ ਤੇ ਗੱਡੀ ਲਾਉਂਦੇ ਆ ਫੜਿਆ ਸੀ ਇੱਕੇ ਰਾਂ ਚੋਰੀ ਕਰਕੇ ਖੜੀਆਂ ਅਲੱਗ-ਅਲੱਗ ਖੜੀਆਂ ਜੀ ਕਦੋਂ ਇੱਕ 26 ਨੂੰ ਤੇ ਇੱਕ 29 ਨੂੰ ਅੱਛਾ ਜੀ ਕਿੰਨੀਆਂ ਕਿ ਵੱਡੀਆਂ ਬੈਟਰੀਆਂ ਹੁੰਦੀਆਂ ਛੋਟੀਆਂ ਹੀ ਆ ਹੁੰਦੀਆਂ ਇੱਥੇ ਕਿੰਨੀ ਕਿ ਕੀਮਤ ਦੀਆਂ ਹੋਣਗੀਆਂ ਉਹ ਸਾਰੇ ਦੇ ਬਾਰੇ ਆਪਣੇ ਤੋਲਿਆਂ ਪਾ ਲੈਣਾ ਕਾਹਦੇ ਲਈ ਯੂਜ਼ ਹੁੰਦੀਆਂ ਉਹ ਬੈਟਰੀਆਂ ਬੈਟਰੀਆਂ ਅੰਦਰ ਯਾਰ ਇਹਨਾਂ ਲਾਈਟ ਵਾਸਤੇ ਹੁੰਦੀਆਂ ਵੀ ਜੇ ਬੱਤੀ ਜਲ ਜੇ ਤੇ ਡੀਸੀ ਬੈਟਰੀ ਜਿੱਦਾਂ ਤੁਸੀਂ ਇੱਥੇ ਸਿਕਿਉਰਿਟੀ ਗਾਰਡ ਵਜੋਂ ਤਨਾਦ ਜੇ ਤੇ ਤੁਹਾਨੂੰ ਜਦੋਂ ਉਹਨੇ ਬੈਟਰੀਆਂ ਖੜੀਆਂ ਪਤਾ ਨਹੀਂ ਲੱਗਾ ਵੀ ਕਿਦਾਂ ਲੈ ਗਿਆ ਉਹ ਗੱਡੀ ਲਿਆਉਂਦਾ ਗੱਡੀ ਉੱਥੇ ਲਾ ਲੈਂਦਾ ਗੱਡੀ ਵਾਲੇ ਦੇ ਕੀ ਪਾ ਕੇ ਲੈ ਜਾਂਦਾ ਵਿੱਚ ਜੇ ਉਹਨੂੰ ਰੱਖਦੇ ਆ ਤਾਂ ਮੈਂ ਦੇਖਣੀ ਇਧਰ ਗੱਡੀ ਫਿਰ ਕਿਦਾਂ ਤੁਹਾਨੂੰ ਪਤਾ ਲੱਗਾ ਕਿ ਇਹਨੇ ਖੜੀਆਂ ਹਰ ਮੁਕੇ ਸਾਨੂੰ ਕੋਈ ਸ਼ੱਕ ਹੋ ਗਿਆ ਵੀ ਅੰਦਰ ਬੈਟਰੀਆਂ ਸੀ ਨਹੀਂ ਹੈਗੀਆਂ ਇਹ ਲੈ ਗਿਆ ਵਾ ਫਿਰ ਅਸੀਂ ਇਹਨਾਂ ਨੂੰ ਐਸਟੀਸੀ ਨੂੰ ਲਿਖ ਕੇ ਦਿੱਤਾ ਸੀ ਵੀ ਆਹ ਹੋਇਆ ਤੇ ਉਹ ਅਗਲੇ ਦਿਨ ਲਿਖ ਕੇ ਅਗਲੇ ਦਿਨ ਹੀ ਉਹ ਵਾਪਸ ਲੈ ਕੇ ਆ ਗਿਆ ਗੱਡੀ ਕੌਣ ਕੌਣ ਲਿਆਉਂਦਾ ਅੰਦਰ ਉਹ ਜਈ ਕੱਲਾ ਲਿਆਉਂਦਾ ਸੀ ਬਾਕੀ ਹੋਰ ਗੱਡੀਆਂ ਘੱਟ ਆਉਂਦੀਆਂ ਸੀ ਉਹ ਤੁਹਾਡੇ ਹਿਸਾਬ ਨਾਲ ਜੇ ਬੈਟਰੀਆਂ ਚੋਰੀ ਹੋਈਆਂ ਤੇ ਹੋਰ ਵੀ ਸਮਾਨ ਚੋਰੀ ਹੋ ਸਕਦਾ ਸਰ ਹੋ ਸਕਦਾ ਹੋਊਗਾ ਕਰਦਾ ਹੋਊਗਾ ਪਹਿਲਾਂ ਕਿੰਨੇ ਚਿਰ ਦੇ ਜਿਹੜੀ ਡਿਊਟੀ ਇੱਥੇ ਦੇ ਕਿੰਨੇ ਚਿਰ ਰੋਜ਼ ਹੀ ਗੱਡੀ ਲਿਆਉਂਦਾ ਉਹ ਨਹੀਂ ਰੋਜ਼ ਨਹੀਂ ਲਿਆਉਂਦਾ ਹੁਣ ਠੰਡ ਜੀ ਕਰਕੇ ਧੁੰਦਾ ਕਰਕੇ ਹੁੰਦਾ ਲਿਆਉਣਾ ਮੈਂ ਤੇ ਉਤਰਾ ਮੋਟਰਸਾਈਕਲ ਦਿੰਦਾ ਸੀ ਪਹਿਲੋਂ ਗਰਮੀਆਂ ਗ੍ਰੇਡ ਦਾ ਜਈ ਆ ਹਾਂਜੀ ਗ੍ਰੇਡ ਦਾ ਕੀ ਨਾਂ ਆ ਸਰਬਜੀਤ ਸਿੰਘ ਜਈ ਦਾ ਤੇ ਜਦੋਂ ਤੁਸੀਂ ਵੀਡੀਓ ਬਣਾ ਰਹੇ ਸੀ ਫਿਰ ਉਦੋਂ ਤੁਹਾਨੂੰ ਉਹਨੇ ਕੋ ਕਿਹਾ ਨਹੀਂ ਰੋਕਿਆ ਨਹੀਂ ਜਾਂ ਕੁਝ ਗੱਲਬਾਤ ਨਹੀਂ ਹੋਈ ਨਹੀਂ ਰੋਕਦਾ ਹੈ ਤਾਂ ਵੀਡੀਓ ਨਾ ਬਣਾਓ ਮੈਂ ਤੋਲ ਦਿਨ ਵਾਸਤੇ ਖੜੀਆਂ ਉਹ ਖੜੀਆਂ ਸੀ ਤੋਲ ਇੱਥੇ ਵੀ ਸਕਦੀਆਂ ਸੀ ਇਹ 10 ਮਿੰਟ ਆਪਾਂ ਤੋਲ ਕੇ ਲਿਆ ਸਕਦੇ ਆ ਕਿੰਨੇ ਦਿਨਾਂ ਬਾਅਦ ਫਿਰ ਆਈਆਂ ਵਾਪਸ ਬੈਠ ਇਹ ਆ ਤੁਸੀਂ ਲਾ ਲਓ 26 ਤੇ 29 ਨੂੰ ਗਈ ਤੇ 1 ਤਰੀਕ ਨੂੰ ਆਪਸ ਆਈਆਂ ਅੱਜ ਆਏ ਆ ਜੀ ਸਾਹਿਬ ਨਹੀਂ ਅੱਜ ਨਹੀਂ ਆਏ ਕੀ ਗੱਲ ਅੱਜ ਕਿਉਂ ਨਹੀਂ ਆਏ ਪਤਾ ਨਹੀਂ ਸਰ ਮੇਰੀ ਹੁਣ ਸ਼ਾਮੀ ਡਿਊਟੀ ਆ ਮੈਂ ਤਾਂ ਹੁਣ ਆਇਆ ਹਲੇ ਕੀ ਮੰਗ ਕਰਦੇ ਜੀ ਹੁਣ ਮੰਗੋ ਸਰ ਹੁਣ ਤੇ ਹੁਣ ਜਿਹੜੇ ਆਪਣੇ ਅਹੁਦੇਦਾਰ ਉਹੀ ਕਰਨਗੇ ਜੋ ਕਰਨਾ ਹੱਲ ਉਹਨਾਂ ਨੇ ਕਰਨਾ ਵਾ ਸਾਡਾ ਕੰਮ ਰਿਪੋਰਟ ਦੇਣਾ ਸਾਡੀ ਡਿਊਟੀ ਦੇ ਰਿਪੋਰਟ ਦੇ ਦਿੱਤੀ ਆ ਠੀਕ ਸਰ